ਭਾਰੀ ਬਰਸਾਤ ਨੇ ਇੱਕ ਵਾਰ ਮੁੜ ਤੋਂ ਕਹਿਰ ਮਚਾਇਆ। ਦੱਸ ਦਈਏ ਕਿ ਨੈਸ਼ਨਲ ਹਾਈਵੇ ਦੇ ਉੱਤੇ ਕਈ ਕਈ ਫੁੱਟ ਤੱਕ ਪਾਣੀ ਚੜਿਆ, ਜਿਸ ਦੇ ਕਾਰਨ ਆਵਾਜਾਈ ਬਿਲਕੁਲ ਹੀ ਬੰਦ ਹੋ ਗਈ ਹੈ। ਲਗਾਤਾਰ 2 ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ, ਜਿਸ ਦੇ ਕਾਰਨ ਜੋ ਸੜਕਾਂ ਨੇ ਉਹ ਦਰਿਆ ਬਣ ਚੁੱਕੀਆਂ ਨੇ, ਕਈ ਵਾਹਨ ਇਸ ਦੇ ਵਿੱਚ ਰੁੜ ਗਏ ਨੇ। ਲਗਾਤਾਰ 2 ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ। ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਅਗਲੇ 24 ਘੰਟਿਆਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਬਾਰਿਸ਼ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਦੱਸ ਦਈਏ ਕਿ ਸਕੂਲਾਂ ਦੇ ਵਿੱਚ ਵੀ ਕਈਆਂ 'ਚ ਛੁੱਟੀਆਂ ਕਰ ਦਿੱਤੀਆਂ ਨੇ ਅਤੇ ਸਟੇਸ਼ਨਾਂ ਦੇ ਉੱਤੇ ਵੀ ਗੋਡੇ ਗੋਡੇ ਤੱਕ ਪਾਣੀ ਖੜ੍ਹਾ, ਜਿਸ ਦੇ ਕਾਰਨ ਕਈ ਟ੍ਰੇਨਾਂ ਰੱਦ ਹੋਈਆਂ ਨੇ ਅਤੇ ਕਈ ਟ੍ਰੇਨਾਂ ਦੇ ਰੂਟ ਜੋ ਨੇ ਉਹ ਡਾਇਵਰਟ ਕਰ ਦਿੱਤੇ ਗਏ ਨੇ। ਤਾਂ ਖਬਰ ਗੁਜਰਾਤ ਤੋਂ ਸਾਹਮਣੇ ਆ ਰਹੀ ਹੈ, ਇਹ ਤਸਵੀਰਾਂ ਸਾਹਮਣੇ ਆਈਆਂ ਨੇ ਪੋਰਬੰਦਰ ਇਲਾਕੇ ਦੀਆਂ, ਜਿੱਥੇ ਕਿ ਲਗਾਤਾਰ ਭਾਰੀ ਬਰਸਾਤ ਨੇ ਤਬਾਹੀ ਮਚਾਈ ਹੈ। ਘਰਾਂ ਦੇ ਵਿੱਚ ਕਈ ਕਈ ਫੁੱਟ ਤੱਕ ਪਾਣੀ ਚੜਿਆ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਤਾਂ ਲਗਾਤਾਰ ਗੁਜਰਾਤ ਦੇ ਵਿੱਚ ਬਾਰਿਸ਼ ਜੋ ਹੈ ਉਹ ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਉੱਤਰਾਖੰਡ ਦੀ, ਹਿਮਾਚਲ ਪ੍ਰਦੇਸ਼ ਦੀ ਜਾਂ ਫਿਰ ਹੋਰ ਇਲਾਕਿਆਂ ਦੀ, ਤਾਂ ਲਗਾਤਾਰ ਉੱਥੇ ਭਾਰੀ ਬਰਸਾਤ ਨੇ ਕਹਿਰ ਮਚਾਇਆ, ਕਈ ਸੜਕਾਂ ਤੋੜ ਦਿੱਤੀਆਂ ਨੇ। ਇਸ ਦੇ ਨਾਲ ਹੀ ਪਹਾੜਾਂ ਦੇ ਵਿੱਚ ਲੈਂਡਸਲਾਈਡ ਹੋ ਰਹੀ ਹੈ, ਪਰ ਮੈਦਾਨੀ ਇਲਾਕੇ ਵੀ ਹੁਣ ਇਸ ਤੋਂ ਬਚਦੇ ਨਜ਼ਰ ਨਹੀਂ ਆ ਰਹੇ। ਤਾਂ ਗੁਜਰਾਤ ਦੇ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾਈ ਹੈ। ਨੈਸ਼ਨਲ ਹਾਈਵੇ ਦੇ ਉੱਤੇ ਕਈ ਕਈ ਫੁੱਟ ਪਾਣੀ ਚੜਿਆ, ਟੋਲ ਪਲਾਜ਼ਿਆਂ ਦੇ ਵਿੱਚ ਪਾਣੀ ਵੜਿਆ ਅਤੇ ਘਰ ਦੇ ਵਿੱਚ ਕਈ ਕਈ ਫੁੱਟ ਤੱਕ ਪਾਣੀ ਵੜ ਚੁੱਕਿਆ, ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮੌਕੇ ਦੇ ਉੱਤੇ NDRF ਦੇ ਵੱਲੋਂ ਜੋ ਲੋਕ ਨੇ ਪਾਣੀ ਦੇ ਵਿੱਚ ਫਸੇ ਹੋਏ ਉਹਨਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਅਤੇ ਇਸ ਦੌਰਾਨ ਇਹ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਈ ਰਿਕਸ਼ਾ ਜੋ ਪਲਟਿਆ ਹੋਇਆ ਨਜ਼ਰ ਆ ਰਿਹਾ। ਹਾਲਾਂਕਿ ਇਹ ਕਾਫ਼ੀ ਡੂੰਘਾਈ ਦੇ ਵਿੱਚ ਗਿਰਿਆ ਹੋਇਆ, ਪਰ ਫਿਰ ਵੀ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੜਕ ਦੇ ਉੱਤੇ ਕਿੰਨੇ ਫੁੱਟ ਪਾਣੀ ਚੱਲ ਰਿਹਾ। ਦੱਸ ਦਈਏ ਕਿ ਨਹਿਰ ਦੀ ਤਰ੍ਹਾਂ ਪਾਣੀ ਸੜਕ ਦੇ ਉੱਤੇ ਚੱਲਦਾ ਨਜ਼ਰ ਆ ਰਿਹਾ। ਤਾਂ ਇਹ ਤਸਵੀਰਾਂ ਗੁਜਰਾਤ ਤੋਂ ਸਾਹਮਣੇ ਆਈਆਂ ਨੇ, ਜਿੱਥੇ ਲਗਾਤਾਰ 2 ਦਿਨ ਦੀ ਭਾਰੀ ਬਰਸਾਤ ਨੇ ਤਬਾਹੀ ਮਚਾਈ ਹੈ ਅਤੇ ਇਸ ਦੇ ਨਾਲ ਹੀ ਲਗਾਤਾਰ ਤੇਜ਼ ਮੀਂਹ ਅਤੇ ਹਨੇਰੀ ਝੱਖੜ ਬਾਰ ਬਾਰ ਚੱਲਦੇ ਨਜ਼ਰ ਆ ਰਹੇ ਨੇ।